ਹਰੇ ਕੋ ਵੈਕਸੀਨ ਨਹੀਂ ਜੋ ਵੈਕਸੀਨ ਬਣ ਗਈ ਉਸ ਤੋਂ ਬਾਅਦ ਫਿਰ ਆਪਾਂ ਨੂੰ ਸੌਖਾ ਹੋ ਜੂਗਾ ਅਤੇ ਉਸ ਤੋਂ ਬਾਅਦ ਫਿਰ ਆਪਾਂ ਸਾਰੇ ਦੁਕਾਨਾਂ ਖੋਲ੍ਹ ਵੀ ਲਵਾਂਗੇ ਲੇਕਿਨ ਜਿੰਦਰ ਸਿੰਘ ਉਹਨਾਂ ਦੇ ਸਾਨੂੰ ਸਾਰਿਆਂ ਨੂੰ ਪ੍ਰਿਕੋਸ਼ਨ ਲੈਣੀ ਸੀ ਕੈਬਨਿਟ ਮੰਤਰੀ ਸਿੱਧੂ ਨੇ ਕੀਤਾ ਮੋਹਾਲੀ ਦੀ ਮਾਰਕੀਟਾਂ ਦਾ ਦੌਰਾ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਦਾ ਭਰੋਸਾ ਦਿੱਤਾ ਪੰਜਾਬ ਦੇ ਸਿਹਤ ਮੰਤਰੀ ਅਤੇ ਵਿਧਾਇਕ ਮੋਹਾਲੀ ਸਰਦਾਰ ਬਲਵੀਰ ਸਿੰਘ ਸਿੱਧੂ ਨੇ ਮੋਹਾਲੀ ਸ਼ਹਿਰ ਦੇ ਲੋਕਾਂ ਅਤੇ ਖਾਸ ਕਰਕੇ ਦੁਕਾਨਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਮਾਰਕੀਟਾਂ ਦਾ ਦੌਰਾ ਕੀਤਾ ਜਿਸ ਦੌਰਾਨ ਉਹਨਾਂ ਮਾਰਕੀਟਾਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਮਾਰਕੀਟਾਂ ਵਿੱਚ ਕੰਮ ਕਰਦੇ ਦੁਕਾਨਦਾਰਾਂ ਨਾਲ ਗੱਲ ਕਰਕੇ ਉਹਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ ਉਹਨਾਂ ਕਿਹਾ ਕਿ ਹਾਲਾਂਕਿ ਜ਼ਿਲ੍ਹਾ ਫਿਲਹਾਲ ਕੋਰੋਨਾ ਵਾਇਰਸ ਮੁਕਤ ਹੈ ਪਰ ਸਾਨੂੰ ਅਜੇ ਵੀ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਇਲਾਜ ਤੋਂ ਚੰਗਾ ਬਚਾਅ ਦੇ ਨਿਯਮ ਦੀ ਪਾਲਣਾ ਕਰਨਾ ਬਿਹਤਰ ਹੈ ਅਤੇ ਸਮੇਂ ਸਮੇਂ ਤੇ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਇਸ ਮੌਕੇ ਫੇਸ 3B2 ਦੀ ਮਾਰਕੀਟ ਵਿੱਚ ਸੰਬੋਧਨ ਕਰਦਿਆਂ ਉਹਨਾਂ ਕਿਹਾ ਜੋ ਤੁਸੀਂ ਆਪਣੀਆਂ ਸਮੱਸਿਆਵਾਂ ਦੱਸੀਆਂ ਨੇ ਉਹ ਸਾਰੀਆਂ ਜਨਰੇਟਰਾਂ ਲੱਗੀਆਂ ਨੇ ਔਰ ਉਹਨਾਂ ਸਾਰਿਆਂ ਨੂੰ ਕਹਿੰਦਾ ਆਪਣਾ ਪੂਰਾ ਭੋਗ ਕੇ ਉੱਥੇ ਪੂਰਾ ਅਮਲ ਕੀਤਾ ਜਿਹੜੀ ਗੱਲ ਸਾਡੇ ਇਹਨਾਂ ਨੇ ਕੀਤੀ ਆ ਜਿਹਦੀ ਲੱਗੇ ਵੀ ਦੁਕਾਨਾਂ ਦਾ ਟਾਈਮ ਵਾਲੀ ਗੱਲ ਹੈਗੀ ਆ ਉਹ ਗੱਲ ਨੂੰ ਵੀ ਵਿਚਾਰ ਲਿਆ ਜਾਊਗਾ ਲੇਕਿਨ ਹਾਲੇ ਆਪਾਂ 5-7 ਦਿਨ ਜਿਹੜੇ ਬਾਹਰੋਂ ਬੰਦੇ ਆ ਰਹੇ ਆ ਫੋਰਨ ਤੋਂ ਆ ਰਹੇ ਆ ਹੋਰ ਆ ਰਹੇ ਆ 10 ਕੁ ਦਿਨ ਆਪਾਂ ਨੂੰ ਹੋਰ ਘੱਟੋ ਘੱਟ ਇੱਕ ਸਹਿਣਾ ਪੈਣਾ ਇਹ ਸਾਡੀ ਲਾਈਫ ਦਾ ਸਵਾਲ ਹੈ ਜੇ ਅਸੀਂ ਇਹ ਹੁਣ ਗਲਤੀ ਕਰ ਲਈ ਫਿਰ ਅੱਗੇ ਸਾਨੂੰ ਨੁਕਸਾਨ ਹੋ ਸਕਦਾ ਕਿਉਂਕਿ ਹਾਲੇ ਤਾਂ ਆਪਾਂ ਹਾਲੇ ਕਰੋਨਾ ਦੇ ਨਿਕਲੇ ਨਹੀਂ ਬਾਹਰ ਰਾਤ ਨੂੰ 10 ਕੇਸ ਆ ਚੁੱਕੇ ਨੇ ਠੀਕ ਹੈ ਨਾ ਜੇ ਕਿਤੇ ਆਪਣੇ ਸ਼ਹਿਰ 'ਚ ਆ ਗਿਆ ਤਾਂ ਆਪਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ ਜਿੰਨੀ ਅਸੀਂ ਘੱਟ ਤੋਂ ਘੱਟ ਆਪਣਾ ਸਾਨੂੰ ਮੂਵਮੈਂਟ ਕਰ ਸਕਦਾ ਉਹ ਉਹਨੇ ਕਰੀ ਇਹ ਗੱਲ ਸੋਚੀ ਦੂਜੀ ਗੱਲ ਜਿਹੜੀ ਤੁਸੀਂ ਪ੍ਰੋਪਰਟੀ ਟੈਕਸ ਦੀ ਗੱਲ ਕੀਤੀ ਹੈ ਉਹਦੇ ਬਾਰੇ ਵੀ ਮੈਂ ਜੋ ਕੈਬਨਿਟ ਦਾ ਮੀਟਿੰਗ ਹੋਈ ਮੈਂ ਇਹ ਵੀ ਗੱਲ ਕਰਨੀ ਹੈ ਤੀਜੀ ਜਿਹੜਾ ਤੁਸੀਂ ਕਿਹਾ ਕਿ ਵੀ ਟਾਈਮ ਵਾਲੇ ਉਹ ਕਰ ਲਾਂਗੇ ਪਲੱਸ ਬਿਜਲੀ ਅਤੇ ਬਿਜਲੀ ਦਾ ਜਿਹੜੇ ਮੈਂ ਅਫਸਰ ਸਾਹਿਬ ਨੂੰ ਕਹਿੰਦਾ ਹੈਗਾ ਕਿ ਹੁਣ ਫਟਾਫਟ ਇਹ ਵੱਧ ਹੋਣ ਵਾਲੀ ਕਈ ਤਰੀਕ ਹੋਈ ਹੈ ਤੁਸੀਂ ਦੱਸ ਦਿਓ ਕਿ ਹੁਣ ਬੰਦੇ ਫਟਾਫਟ ਸੈਕਟਰ ਵਾਲੇ ਹੋਣੇ ਆ ਤੁਸੀਂ ਕਮਰਸ਼ੀਅਲ ਦਾ ਖੜਾ ਕਰਾ ਦਿਓ ਠੀਕ ਹੈ ਠੀਕ ਹੈ ਨਾ ਇਹਨਾਂ ਰਿਵਾਈਟ ਬਿੱਲ ਦੇ ਦਿਓ ਤਾਂ ਕਿ ਇਹ ਆਪਣਾ ਪ੍ਰੋਪਰ ਨਹੀਂ ਬਿਲਕੁਲ ਸਹੀ ਅਤੇ ਬਾਕੀ ਇਹ ਗੱਲ ਜਿਹੜੀ ਸਾਰੇ ਹੋਰ ਥੋੜ੍ਹੇ ਮੈਂ ਆ ਗਈਆਂ ਅਤੇ ਪ੍ਰਮਾਤਮਾ ਕਰੇ ਤੁਸੀਂ ਸਾਰੇ ਤੰਦਰੁਸਤ ਰਹੋ ਇਸੇ ਹੱਸਦੇ ਖੇਡਦੇ ਰਹੋ ਅਤੇ ਕਰੋਨਾ ਸਾਡੇ ਨੇੜੇ ਨਾ ਆਵੇ ਅਸੀਂ ਕਰੋਨਾ ਦੂਰ ਭਜਾਈ ਚੱਲੀਏ ਠੀਕ ਹੈ ਨਾ ਅਤੇ ਤੁਸੀਂ ਸਾਰਿਆਂ ਨੇ ਬੜੀ ਤੁਹਾਡੀ ਕਿਰਪਾ ਨਾਲ ਅੱਜ ਇਹ ਹੈਲਥ ਡਿਪਾਰਟਮੈਂਟ ਮਿਲਿਆ ਅਤੇ ਇਹ 'ਚ ਕੰਮ ਕਰਨ ਦਾ ਮੌਕਾ ਮਿਲਿਆ ਥੋੜ੍ਹਾ ਜਿਹਾ ਇੱਕ ਪੰਜਾਬ 'ਚ ਵੀ ਆਪਣਾ ਵਾਰਡ ਦੇ ਬੰਦੇ ਨਾ ਹੋਇਆ ਆਪਣੇ ਸ਼ਹਿਰ ਦਾ ਇਹ ਤੁਹਾਡਾ ਸਾਰਿਆਂ ਦਾ ਇਹ ਤੁਹਾਡੀ ਕੋਈ ਪ੍ਰੋਪਰਟੀ ਤੁਹਾਡੀ ਹੈ ਆਪਣੀ ਜੇ ਕੋਈ ਮਿਹਨਤ ਕਰੀ ਤੁਹਾਡੇ ਕਰਕੇ ਕੀਤੀ ਜੇ ਮੈਨੂੰ ਤੁਸੀਂ ਨਾ ਚੁਣਦੇ ਹੋ ਕਿੱਥੇ ਕਰਨੀ ਸੀ ਪਰ ਮੈਂ ਅੱਜ ਆਪਣਾ ਫਰਜ਼ ਸਾਨੂੰ ਤੁਹਾਨੂੰ ਸਾਰਿਆਂ ਨੂੰ ਮਿਲਣ ਵਾਸਤੇ ਤੁਹਾਡੇ ਸਾਰੀਆਂ ਸਮੱਸਿਆਵਾਂ ਤੁਹਾਡੇ ਡਿਵੈਲਪਮੈਂਟ ਦੇ ਕੰਮ ਮੈਨੂੰ ਪਤਾ 3 ਮਹੀਨਿਆਂ ਦੇ ਵਿੱਚ ਬੰਦਾ ਵਾਜਾ ਵੱਜ ਜਾਂਦਾ ਅਤੇ ਮੈਂ ਆਪ ਬਿਜ਼ਨਸਮੈਨ ਹਾਂ ਬਿਜਨਸ ਦਾ ਇੱਕ ਹਫ਼ਤਾ ਵੀ ਮਾਡਲ ਲੰਘ ਆਪਣੇ ਇਸ ਦੌਰੇ ਦੌਰਾਨ ਸਰਦਾਰ ਸਿੱਧੂ ਵੱਲੋਂ ਮੋਹਾਲੀ ਦੀਆਂ ਵੱਖ-ਵੱਖ ਮਾਰਕੀਟਾਂ ਦੀਆਂ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਗੱਲ ਕੀਤੀ ਗਈ ਅਤੇ ਮਾਰਕੀਟਾਂ ਵਿੱਚ ਕਰਵਾਏ ਜਾਣ ਵਾਲੇ ਵੱਖ-ਵੱਖ ਕੰਮਾਂ ਦੀ ਜਾਣਕਾਰੀ ਲੈ ਕੇ ਸੰਬੰਧਿਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਇਸ ਮੌਕੇ ਉਹਨਾਂ ਦੇ ਨਾਲ ਨਗਰ ਨਿਗਮ ਦੇ ਪ੍ਰਸ਼ਾਸਕ ਸ਼੍ਰੀ ਕਮਲ ਕੁਮਾਰ ਐਸਸੀ ਸ਼੍ਰੀ ਮੁਕੇਸ਼ ਕੁਮਾਰ ਬਿਜਲੀ ਬੋਰਡ ਦੇ ਐਕਸੀਅਨ ਜਨਹਿਤ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਨਗਰ ਨਿਗਮ ਦੇ ਵੱਖ-ਵੱਖ ਅਧਿਕਾਰੀ ਹਾਜ਼ਰ ਹੋਏ ਅਤੇ ਸਰਦਾਰ ਸਿੱਧੂ ਵੱਲੋਂ ਮੌਕੇ ਤੇ ਹੀ ਅਧਿਕਾਰੀਆਂ ਨੂੰ ਲੋੜੀਂਦੇ ਕੰਮ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਇਸ ਮੌਕੇ ਸਕਾਈ ਹੱਕ ਟਾਈਮਜ਼ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਸਰ ਅੱਜ ਤੁਸੀਂ ਮੋਹਾਲੀ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ ਹੈ ਇਹਦੇ ਬਾਰੇ ਵੀ ਜਾਣਕਾਰੀ ਦੇਖੋ ਮੈਂ ਅੱਜ ਪਹਿਲੀ ਗੱਲ ਤਾਂ ਆਪਣੇ ਸਾਰੇ ਜਿਹੜੇ ਵੋਟਰਾਂ ਸਪੋਰਟਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਪਲੱਸ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਬਹੁਤ ਪੈਂਡਿੰਗ ਪਏ ਸੀਗੇ ਉਹਨਾਂ ਨੂੰ ਥੋੜ੍ਹਾ ਫਾਸਟ ਕਰਨ ਦਾ ਵੀ ਟਰੈਕ 'ਤੇ ਲਿਆਉਣ ਦੀ ਗੱਲ ਹੋਈ ਹੈ ਕਿ ਜਿੰਨੇ ਥੋੜ੍ਹੀ ਡਿਵੈਲਪਮੈਂਟ ਦੇ ਕੰਮ ਨੇ ਉਹਨੂੰ ਅਸੀਂ ਲੀਹ 'ਤੇ ਲੈ ਆਈਏ ਅਤੇ ਫਿਰ ਸ਼ਹਿਰ ਦੀ ਜਿਹੜੀ ਬਿਊਟੀ ਆ ਉਹਨੂੰ ਦੁਬਾਰਾ ਬਹਾਲ ਕੀਤਾ ਜਾਵੇ ਪਲੱਸ ਜਿਹੜਾ ਕਰੋਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਗੱਲ ਸੀ ਕਿ ਕਰੋਨਾ ਹਾਲੇ ਖਤਮ ਨਹੀਂ ਹੋਇਆ ਕਰੋਨਾ ਹੈਗਾ ਲੇਕਿਨ ਜੋ ਸਾਡੇ ਕੁਛ ਤੁਹਾਡੀਆਂ ਸਮੱਸਿਆਵਾਂ ਇਹਨੂੰ ਪਤਾ ਵੀ ਹਰ ਬੰਦਾ ਇਸ ਵੇਲੇ ਮਜਬੂਰ ਹੈਗਾ ਜਿਹੜਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡੇ ਤੋਂ ਲੈ ਕੇ ਜਦੋਂ ਉਹੋ ਜਿਹੇ ਸਿਸਟਮ ਚੱਲਦੇ ਨੇ ਅਤੇ ਸਾਰੇ ਕਾਰੋਬਾਰਾਂ 'ਤੇ ਬਹੁਤ ਵੱਡਾ ਅਸਰ ਪਿਆ ਇਸ ਕਰੋਨੇ ਕਰਕੇ ਅਤੇ ਇਕੋਨਮੀ ਕਾਫੀ ਪੂਰੇ ਵਰਲਡ ਲੈਵਲ ਦੀ ਇਕੋਨਮੀ ਹਿੱਲੀ ਹੈ ਇਹਦੇ ਨਾਲ ਪਰ ਅਸੀਂ ਫਿਰ ਵੀ ਹਿੰਮਤ ਵਾਲੇ ਹਾਂ
कि असीं छेती इहनूं कंट्रोल कर लिया ते हाले साडे विदन लिमिट हैगा ते इत्थे तक रहे सानूं कोई दिक्कत नहीं लेकिन जिहड़ियां साडियां दुकानां ने जदों स्काई हैक टाइम्स लई राजकुमार अरोड़ा दे नाल आरपी वालिया दी रिपोर्ट।